ਅਸਲਾਮੁਅਲੈਕਮ ਲੇਡੀਜ਼ ਐਂਡ ਜੈਂਟਲਮੈਨ, ਇੱਕ ਨਵੇਂ ਦੇਸੀ ਵਲੋਗ ਦੇ ਨਾਲ ਮੈਂ ਹਾਂ ਆਸਫ ਗਰਾਇਆ, ਅਤੇ ਉਮੀਦ ਕਰਨਾ ਵਾ ਸਭ ਦੋਸਤ ਖਰੀਦ ਨਾਲ ਹੋਣਗੇ। ਦੋਸਤੋ, ਇਹ ਜਿਹੜਾ ਮੇਰਾ ਤੁਸੀਂ ਹੋਂਡ ਦੇਖ ਰਹੇ ਹੋ, ਇਹ ਬੁਖਾਰ ਦੀ ਵਜ੍ਹਾ ਤੋਂ ਪੱਕਿਆ ਸੀ, ਅਤੇ ਖੈਰ ਇਹ ਪਿੱਛੇ ਪੱਠੇ ਵੱਢਦੇ ਹਾਂ ਪੈ ਵੱਢ ਲੈਣਾ ਸੁਬਾਹ ਸੁਬਾਹ, ਹੁਣ ਜਾ ਕੇ ਸੱਠਾਂਗੇ ਡੰਗਰਾਂਗੇ ਕੁਤਰ ਕੇ, ਫਿਰ ਜਾਣਾ ਸਾਧੋ ਕੀ, ਅਤੇ ਸਾਧੋ ਕੀ ਕੀਤਾ ਛੋਟਾ ਜਿਹਾ ਕੰਮ, ਨਾਲ ਰਹੋਗੇ ਤਾਂ ਲੱਗ ਜਾਏਗਾ ਪਤਾ, ਅਤੇ ਕਰਨੇ ਅੱਜ ਦੇ ਵਲੋਗ ਦਾ ਆਗਾਜ਼। ਅਤੇ ਉਸ ਤੋਂ ਪਹਿਲਾਂ ਅਸੀਂ ਜਾ ਰਹੇ ਹਾਂ ਇੱਕ ਖਾਦ ਦਾ ਤੋੜਾ ਪਾਉਣ ਬਾਜਰੇ ਨੂੰ। ਜਵਾਰ ਨੂੰ ਅੱਜ ਹੱਥ ਲਾਇਆ ਅਤੇ ਭੈੜੀ ਜਵਾਰ ਸੀ, ਅਤੇ ਕਾਫੀ ਜਗ੍ਹਾ ਵੱਢਣੀ ਪੈ ਗਈ ਹੈ, ਫਿਰ ਜਾ ਕੇ ਡੰਗ ਹੋਇਆ, ਅਤੇ ਬਾਜਰਾ ਛੋਟਾ ਛੋਟਾ, ਪਰਸੋਂ ਦੀ ਬਾਰਿਸ਼ ਪਈ ਹੈ, ਅਤੇ ਅੱਜ ਅਸੀਂ ਨਾ ਹੁਣ ਖਾਦ ਪਾਉਣ ਲੱਗੇ ਹਾਂ। ਪੱਠੇ ਲੱਦੇ ਗਏ ਨੇ, ਆ ਉੱਤੇ ਪੰਡ ਰੱਖਣ ਲੱਗੇ ਹਾਂ, ਪੱਠੇ ਵੱਢ ਲੈਣੇ, ਲੱਦ ਲੈਣੇ, ਚੱਲੇ ਹਾਂ। ਸਿਰਫ ਮਸਲਾ ਇਸ ਟਾਈਮ ਇੱਕ ਹੈ ਕਿ ਮੇਰਾ ਰੇਹੜੀ ਦਾ ਬੈਲੈਂਸ ਟੁੱਟ ਗਿਆ। ਇਹ ਜਿਹੜੀ ਆਵਾਜ਼ ਆ ਰਹੀ ਨਾ ਕੜਕ ਕੜਕ ਦੀ, ਇਹ ਉਹਦੀ ਆ ਰਹੀ ਹੈ। ਦੁਆ ਕਰੋ ਕਿ ਪਿੰਡ ਤੱਕ ਰੇਹੜੀ ਪਹੁੰਚ ਜਾਏ, ਬਾਕੀ ਕੱਲ੍ਹ ਨੂੰ ਬਦਲ ਕੇ ਲਿਆਵਾਂਗੇ। ਲੇਡੀਜ਼ ਐਂਡ ਜੈਂਟਲਮੈਨ, ਬੈਰੰਗ ਗਿਆ ਟੁੱਟ, ਅਤੇ ਹੁਣ ਬੈਰੰਗ ਜਾ ਕੇ ਲਿਆਉਂਦੇ ਹਾਂ। ਨਿਕਲ ਗਿਆ, ਚਲੋ ਜੀ ਚੁੱਕ ਬਾਬਾ, ਉੱਪਰ ਕਿੱਥੇ ਗਾ ਕਰਮਾਲੀਏ। ਦੋਸਤੋ, ਅੱਜ ਦੀ ਇਹ ਮੁਖਤਸਰ ਦੀ ਵੀਡੀਓ ਇੰਨੀ ਸੀ, ਉਮੀਦ ਕਰਨਾ ਮੈਂ ਇਹ ਵਲੋਗ ਤੁਹਾਨੂੰ ਆਇਆ ਹੋਗਾ ਪਸੰਦ। ਅਗਰ ਆਇਆ ਪਸੰਦ ਤਾਂ ਲਾਈਕ ਐਂਡ ਕਰ ਲਓ ਸ਼ੇਅਰ। ਮੈਂ ਮਿਲਾਂਗਾ ਨੈਕਸਟ ਵੀਡੀਓ 'ਚ, ਅੱਲਾ ਹਾਫਿਜ਼।